सारे ही विद्यार्थियों का यूट्यूब चैनल सपोर्ट फॉर एजुकेशन विच बहुत बहुत स्वागत है तो इस भीडियो असी भी करा नॉवल एक होर नव साल पिछरा दे चित्रण दोस्तों प्रश्न शुरू तो एक संदेश जे अजे तक आप सारे ने यूट्यूब चैनल सपोर्ट फॉर एजुकेशन सबसक्राइब नहीं किया तो चैनल सबसक्राइब जरूर करो ताकि नवी वीडियो आप सारिया समय सिर प्राप्त हो सकन ਤੇ ਦੋਸਤੋ ਇੱਕ ਜ਼ਰੂਰੀ ਗੱਲ ਇੱਕ ਹੋਰ ਹੈ ਕਿ ਜਦੋਂ ਵੀ ਪਾਤਰ ਚਿੱਤਰਣ ਵਾਲਾ ਕੁਐਸਚਨ ਆਏ ਪੇਪਰ ਵਿੱਚ ਤੇ ਆਪ ਸਾਰੇ ਇਹ ਕੋਸ਼ਿਸ਼ ਕਰਨਾ ਕਿ ਉਸ ਨੂੰ ਪੁਆਇੰਟ ਵਾਈਜ਼ ਬਣਾ ਕੇ ਲਿਖੋ ਕਿ ਕੀ ਹੋਏਗਾ ਕਿ ਜੇ ਆਪ ਚੰਗੀ ਤਰ੍ਹਾਂ ਵਧੀਆ ਜੇ ਪੁਆਇੰਟਸ ਬਣਾ ਕੇ ਇਸ ਇੱਕ ਇੱਕ ਪੁਆਇੰਟ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੋਗੇ ਤਾਂ ਐਗਜ਼ਾਮੀਨਰ ਤੇ ਵਧੀਆ ਇਮਪ੍ਰੈਸ਼ਨ ਪਾਏਗਾ ਤੇ ਆਪ ਸਾਰਿਆਂ ਨੂੰ ਇਸ ਪ੍ਰਸ਼ਨ ਵਿੱਚ ਪੂਰੇ ਅੰਕ ਵੀ ਮਿਲ ਸਕਦੇ ਹਨ ਲਿਖਿਆ ਹੋਇਆ ਕਿ ਹੇਟ ਲਿਖੇ ਪਾਤਰਾਂ ਦੇ ਪਾਤਰ ਚਿੱਤਰਣ ਕਰੋ ਜਿਸ ਵਿੱਚ ਸਭ ਤੋਂ ਪਹਿਲਾ ਹੈ ਬੰਤਾ ਤੇ ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਲਿਖਣਾ ਹੈ ਜਾਣ ਪਛਾਣ ਬੰਤਾ ਇੱਕ ਹੋਰ ਨਵਾਂ ਸਾਲ ਨੌਵਲ ਦਾ ਮੁੱਖ ਪਾਤਰ ਹੈ ਉਸਦੇ ਤਿੰਨ ਬੱਚੇ ਹਨ ਦੋ ਧੀਆਂ ਤੇ ਇੱਕ ਮੁੰਡਾ ਬਮਣ ਉਹ ਅੰਮ੍ਰਿਤਸਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਮਿਹਨਤੀ ਅਤੇ ਇਮਾਨਦਾਰ ਬੰਤਾ ਇੱਕ ਕੀਰਤੀ ਮਨੁੱਖ ਹੈ ਉਹ ਸਖਤ ਸਰਦੀ ਵਿੱਚ ਵੀ ਸਵੇਰੇ ਉੱਠ ਕੇ ਕਾਲਕਾ ਮੇਲ ਦੀਆਂ ਸਫਾਰੀਆਂ ਚੁੱਕਣ ਲਈ ਸਟੇਸ਼ਨ ਪਹੁੰਚ ਜਾਂਦਾ ਹੈ ਉਹ ਬਹੁਤ ਹੀ ਇਮਾਨਦਾਰ ਹੈ ਉਹ ਨਜ਼ਾਇਸੰਦੇ ਆਦੀ تھا ਹੱਕ ਹਲਾਲ ਦੀ ਕਮਾਈ ਕਰਨੀ ਪਸੰਦ ਕਰਦਾ ਹੈ ਆਰਥਿਕ ਤੰਗੀ ਦਾ ਸ਼ਿਕਾਰ ਬੰਤਾ ਮਹਿੰਗਾਈ ਤੋਂ ਪਰੇਸ਼ਾਨ ਅਤੇ ਆਰਥਿਕ ਤੌਰ ਤੇ ਤੰਗ ਹੈ ਪਿਤਾ ਦੀ ਮੌਤ ਤੇ ਉਸ ਦੇ ਚੜਾਈ ਕਰਜ਼ੇ ਕਾਰਨ ਉਸ ਨੂੰ ਪੜਾਈ ਛੱਡਣੀ ਪਈ ਝੜਕਾਂ ਤੇ ਗੁਲਾਮੀ ਨਾ ਸਹਿਣ ਵਾਲਾ ਬੰਤੇ ਤੋਂ ਝੜਕਾਂ ਤੇ ਗੁਲਾਮੀ ਨਹੀਂ ਸਹੀ ਜਾਂਦੀ ਇਸ ਕਰਕੇ ਉਸਨੇ ਖੇਤ ਮਜ਼ਦੂਰ ਅਤੇ ਚਪੜਾਸੀ ਦੀ ਨੌਕਰੀ ਛੱਡ ਦਿੱਤੀ ਅਤੇ ਰਿਕਸ਼ਾ ਚਾੜ ਹਾਉਂ ਲੱਗ ਪਿਆ ਪਤਨੀ ਦਾ ਖਿਆਲ ਰੱਖਣ ਵਾਲਾ ਉਹ ਆਪਣੀ ਪਤਨੀ ਦਾ ਪੂਰਾ ਖਿਆਲ ਰੱਖਦਾ ਹੈ ਉਹ ਉਸ ਨੂੰ ਕੰਮ ਕਰਨ ਤੋਂ ਰੋਕਦਾ ਹੈ ਜ਼ਿੰਮੇਵਾਰ ਇਨਸਾਨ ਬੰਤਾ ਇੱਕ ਜ਼ਿੰਮੇਵਾਰ ਵਿਅਕਤੀ ਹੈ ਉਹ ਰਿਕਸ਼ੇ ਵਿੱਚ ਬੈਠੀ ਸਵਾਰੀ ਦੀ ਰੱਖਿਆ ਕਰਨਾ ਆਪਣਾ ਫਰਜ਼ ਸਮਝਦਾ ਹੈ ਤਾਰੋ ਨਿਰੰਜਨ ਤਸਲੀਮ ਦੇ ਲਿਖੇ ਨੋਵਲ ਇੱਕ ਹੋਰ ਨਵਾਂ ਸਾਲ ਵਿੱਚ ਤਾਰੋਈ ਇੱਕ ਮਹੱਤਵਪੂਰਨ ਪਾਤਰ ਹੈ ਉਹ ਰਿਕਸ਼ਾ ਚਾਲਕ ਬੰਤੇ ਦੀ ਪਤਨੀ ਹੈ ਉਹ ਦੋ ਜਮਾਤਾ ਪੜੀ ਹੈ ਉਸ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ ਜ਼ਿੰਮੇਵਾਰ ਇਸਤਰੀ ਉਹ ਤਿੰਨ ਬੱਚੇ ਵੀ ਪਾਲਦੀ ਹੈ ਤੇ ਨਾਲ ਹੀ ਦੋ ਵੇਲੇ ਇੱਕ ਸਕੂਲ ਮਾਸਟਰ ਦੇ ਘਰ ਕੰਮ ਕਰਨ ਜਾਂਦੀ ਹੈ ਬੰਤਾ ਉਸ ਨੂੰ ਰੋਕਦਾ ਪਰ ਉਹ ਉਸ ਦੀ ਗੱਲ ਨਹੀਂ ਮੰਦੀ ਤੇ ਕਹਿੰਦੀ ਹੈ ਹੁਣ ਜੇ ਕੁਝ ਨਾ ਕੁਝ ਲਿਆਉਂਦੀਆਂ ਤਾਂ ਵੀ ਗੁਜ਼ਾਰਾ ਨਹੀਂ ਹੁੰਦਾ ਜੇ ਬਿਲਕੁਲ ਹੀ ਕੁਝ ਨਾ ਆਇਆ ਤਾ ਚੱਟ ਕਿਵੇਂ ਲੰਗੇਗਾ ਸੱਸ ਤੋਂ ਅਲੱਗ ਰਹਿਣ ਵਾਲੀ ਉਸ ਦੀ ਸੱਸ ਨੇ ਉਸ ਦੇ ਟਰੰਕ ਚੋਂ ਸਮਾਨ ਕੱਢ ਕੇ ਉਸ ਦੀਆਂ ਨਨਾਣਾ ਨੂੰ ਬਿਨਾਂ ਪੁੱਛੇ ਹੀ ਦੇ ਦਿੱਤਾ ਸੀ ਜਿਸ ਕਰਕੇ ਉਸ ਦੀ ਸੱਸ ਨਾਲ ਨਹੀਂ ਬਣਦੀ ਤੇ ਉਸ ਦੀ ਸੱਸ ਪਿੰਡ ਰਹਿਣ ਲੱਗ ਪਈ ਕੁੜੀਆਂ ਨੂੰ ਮੁੰਡਿਆਂ ਵਾਂਗ ਪਿਆਰ ਕਰਨ ਵਾਲੀ ਉਹ ਆਪਣੀਆਂ ਕੁੜੀਆਂ ਨੂੰ ਵੀ ਮੁੰਡੇ ਵਾਂਗ ਪਿਆਰ ਕਰਦੀ ਹੈ ਜਦੋਂ ਬੰਦਾ ਫੰਮਣ ਨੂੰ ਰਿਕਸ਼ੇ ਤੇ ਝੂਟੇ ਦਿੰਦਾ ਤਾਂ ਉਹ ਕੁੜੀਆਂ ਨੂੰ ਝੂਟੇ ਦੇਣ ਲਈ ਕੰਦੀਏ ਉਹ ਇੱਕ ਜ਼ਿੰਮੇਵਾਰ ਤੇ ਸਿਆਣੀ ਔਰਤ ਹੈ ਸਿੱਖੀ ਪਾਪਨਾਮਾ ਵਾਲੀ ਤਾਰੋ ਆਪਣੇ ਮੁੰਡੇ ਨੂੰ ਪੂਰਾ ਸਿੱਖ ਬਣਾਣਾ ਚਾਹੁੰਦੀ ਸੀ ਉਹ ਬੰਤੇ ਦੁਆਰਾ ਸਿਗਰਟਾ ਪੀਣ ਨੂੰ ਪਸੰਦ ਨਹੀਂ ਕਰਦੀ ਅਗਲਾ ਪਾਤਰ ਚਿੱਤਰਨ ਅਸੀਂ ਕਰਾਂਗੇ ਫੁੰਮਣ ਦਾ ਜਾਣ ਪਛਾਨ ਉਹ ਬੰਤੇ ਅਤੇ ਤਾਰੋ ਦਾ ਪੁੱਤਰ ਹੈ ਉਸ ਦੀਆਂ ਦੋ ਭੈਣਾਂ ਹਨ ਉਹ ਸਕੂਲ ਜਾਂਦਾ ਹੈ ਮਾਪੇਦਿਆਂ ਆਸਾਂ ਦਾ ਕੇਂਦਰ ਉਹ ਆਪਣੇ ਮਾਹਵਾਬ ਦੀ ਆਸਾਦਾ ਕੇਂਦਰ ਹੈ ਬੰਤਾ ਚਾਹੁੰਦਾ ਹੈ ਕਿ ਉਹ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰੇ ਪੜਾਈ ਵਿੱਚ ਰੁਚੀ ਰੱਖਣ ਵਾਲਾ ਜਦੋਂ ਬੰਤਾ ਦੁਪਹਿਰੇ ਘਰ ਆਉਂਦਾ ਤਾਂ ਉਹ ਉਸ ਨੂੰ ਪੜਾਉਣ ਲਈ ਕਹਿੰਦਾ ਹੈ ਜਿਗਿਆਸੂ ਰੁਚੀ ਵਾਲਾ ਆਪਣੇ ਪਾਠ ਵਿੱਚ ਆਏ ਸਾਰੇ ਸ਼ਬਦ ਜਿਸ ਦੇ ਅਨੁਅਰਥ ਪਤਾ ਨਹੀਂ ਪੁੱਛਣ ਲਈ ਉਤਾਵਲਾ ਹੋ ਜਾਂਦਾ ਹੈ ਉਹ ਆਪਣੇ ਪਿਤਾ ਨੂੰ ਨਵੇਂ ਸਾਲ ਬਾਰੇ ਵੀ ਪੁੱਛਦਾ ਹੈ ਕੁਝ ਹੋਰ ਗੱਲਾਂ ਜਦੋਂ ਬੰਤਾ ਰੋਟੀ ਖਾਂਦਾ ਕਰ ਆਉਂਦਾ ਤਾਂ ਉਹ ਟੱਲੀ ਵਜਾਉਂਦਾ ਹੈ ਉਹ ਰਿਕਸ਼ੇ ਤੇ ਬੈਠ ਕੇ ਝੂਟੇ ਲੈਣ ਦਾ ਸ਼ੌਕੀਨ ਹੈ ਉਸ ਨੂੰ ਆਪਣੀ ਮਾਂ ਤਾਰੋ ਨਾਲ ਹਮਦਰਦੀ ਵੀ ਹੈ ਦੇਆਲਾ ਜਾਣ ਪਛਾਨ ਦੇਆਲਾ ਇੱਕ ਹੋਰ ਨਵਾਂ ਸਾਲੋਂਵਲਦਾ ਇੱਕ ਸਹਾਇਕ ਪਾਤਰ ਹੈ ਉਹ ਬੰਤੇ ਦਾ ਮਿੱਤਰ ਹੈ ਪਤਨੀ ਨਾਲ ਬੁਰਾ سلوਕ ਕਰਨ ਵਾਲਾ ਦੇਆਲਾ ਆਪਣੀ ਪਤਨੀ ਦੀ ਆ ਪਾਵਨਾਵਾਂ ਦੀ ਕਦਰ ਨਹੀਂ ਕਰਦਾ ਉਹ ਆਪਣੀ ਪਤਨੀ ਨੂੰ ਲੜਚੱਕੜ ਕੇ ਪਿੱਕੇ ਤੋੜ ਦਿੰਦਾ ਹੈ ਇਕੱਲਾ ਖੁਸ਼ ਰਹਿਣ ਵਾਲਾ ਦਿਆਲਾ ਇਕੱਲਾ ਰਹਿ ਕੇ ਵੀ ਖੁਸ਼ ਹੈ ਦੋਸਤੀ ਨਿਭਾਉਣ ਵਾਲਾ ਉਹ ਆਪਣੇ ਮਿੱਤਰ ਬੰਤੇ ਦਾ ਹਮਦਰਦ ਹੈ ਕਰੋ ਲੜਕੇ ਗਏ ਬੰਤੇ ਨੂੰ ਉਹ ਚਾਹ ਪਿਲਾਉਂਦਾ ਤੇ ਫਿਰ ਕਰ ਵੀ ਛੱਡ ਆਉਂਦਾ ਗਾਉਣ ਦਾ ਸ਼ੌਕੀਨ ਉਸ ਨੂੰ ਗਾਉਣ ਦਾ ਬਹੁਤ ਸ਼ੌਕ ਹੈ ਅਤੇ ਉਹ ਆਪਣੇ ਮਿੱਤਰ ਬੰਤੇ ਨੂੰ ਵੀ ਗਾਉਣ ਲਈ ਕਹਿੰਦਾ ਹੈ। ਇੰਸਪੈਕਟਰ ਜਾਣ ਪਛਾਣ ਇੰਸਪੈਕਟਰ ਇੱਕ ਹੋਰ ਨਵਾਂ ਸਾਲ ਨੌਬਲ ਦਾ ਇੱਕ ਸਹਾਇਕ ਪਤਰ ਸ਼ਰਾਬੀ ਉਸਨੇ ਪਹਿਲਾਂ ਹੀ ਸ਼ਰਾਬ ਪੀਤੀ ਹੋਈ ਸੀ ਅਤੇ ਰਿਕਸ਼ੇ ਵਿੱਚ ਬੈਠਾ ਵੀ ਉਹ ਸ਼ਰਾਬ ਪੀ ਰਿਹਾ ਸੀ। ਉਸਨੇ ਬੰਤੇ ਨੂੰ ਵੀ ਸ਼ਰਾਬ ਦੇ ਘੁੱਟ ਪਿਲਾਏ। ਆਦੇ ਦਾ ਹੰਕਾਰ ਉਹ ਬੰਤੇ ਨੂੰ ਕਹਿੰਦਾ ਕਿ ਉਹ ਇੱਕ ਵੱਡਾ ਇਨਸਪੈਕਟਰ ਹੈ ਉਹ ਰੋਗ ਵਿੱਚ ਬੰਤੇ ਨੂੰ ਰਿਕਸ਼ਾ ਚਾਹਉਣ ਲਈ ਕਹਿੰਦਾ ਹੈ ਰਿਸ਼ਵਤ ਖੋਰ ਅਤੇ ਬਦਲੇ ਦੀ ਪਾਵਨਾ ਵਾਲਾ ਉਸ ਨੂੰ ਗੁੱਸਾ ਹੈ ਕਿ کارਖਾਨੇ ਵਾਲੇ ਨੇ ਉਸ ਨੂੰ 500 ਕਹਿ ਕੇ 300 ਦੇ ਕੇ ਧੋਖਾ ਕੀਤਾ ਉਹ ਉਸ ਨੂੰ ਸਿੱਧਾ ਕਰਨ ਦੀ ਧਮਕੀ ਦਿੰਦਾ ਹੈ ਗਰੀਬਾਂ ਦਾ ਹੱਕ ਮਾਰਨ ਵਾਲਾ ਉਹ ਗਰੀਬ ਲੋਕਾਂ ਦਾ ਹੱਕ ਮਾਰਦਾ ਹੈ ਅਤੇ ਬੰਤੇ ਨੂੰ ਰਿਕਸ਼ੇ ਦਾ ਕਿਰਾਇਆ ਦਿੱਤੇ ਬਿਗੈਰੀ ਰਿਕਸ਼ੇ ਤੋਂ ਉਤਰ ਜਾਂਦਾ ਹੈ ਬੰਤੇ ਦੀ ਮਾਂ ਜਾਣ ਪਛਾਣ ਉਹ ਇੱਕ ਹੋਰ ਨਵਾਂ ਸਾਲ ਨੋਵਲ ਦੀ ਸਹਾਇਕ ਪਾਤਰ ਹੈ ਬੰਤਾ ਜੇ ਛੋਟਾ ਹੀ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਪਿੰਡ ਵਿੱਚ ਰਹਿਣ ਵਾਲੀ ਉਸ ਦੀ ਆਪਣੀ ਨੂੰ ਨਾਲ ਨਹੀਂ ਸੀ ਬਣਦੀ ਇਸ ਕਰਕੇ ਉਹ ਸ਼ਹਿਰ ਵਿੱਚ ਬੰਤੇ ਕੋਲ ਨਹੀਂ ਸਗੋਂ ਪਿੰਡ ਵਿੱਚ ਰਹਿੰਦੀ ਸੀ ਨੂੰ ਪ੍ਰਤੀ ਗੈਰ ਜ਼ਿੰਮੇਵਾਰ ਤਿਆਨੂੰ ਖੁਸ਼ ਕਰਨ ਲਈ ਉਸਨੇ ਆਪਣੀ ਨੂ ਤਾਰੋ ਦੇ ਡਰੰਕ ਵਿੱਚੋਂ ਸਮਾਨ ਕੱਢ ਕੇ ਆਪਣੀਆਂ ਤਿਆਨੂੰ ਦੇ ਦਿੱਤਾ ਸੀ ਉਹ ਆਪਣੀ ਨੂ ਨੂੰ ਸਾੜਵੀਆਂ ਗੱਲਾਂ ਵੀ ਕਹਿੰਦੀ ਰਹਿੰਦੀ ਸੀ ਬੰਤਾ ਦੇ ਸਤਕਾਰ ਦੀ ਪਾਤਰ ਬੰਤਾ ਉਸ ਦਾ ਸਤਕਾਰ ਕਰਦਾ ਸੀ ਅਤੇ ਉਸ ਦੀ ਅੱਖਾਂ ਦੇ ਆਪਰੇਸ਼ਨ ਕਰਾਉਣ ਬਾਰੇ ਸੋਚਦਾ ਸੀ ਮਹੇਸ਼ੀ ਦੀ ਮਾਂ ਜਾਣ ਪਛਾਣ ਉਹ ਇੱਕ ਹੋਰ ਨਮਾਸਾਲ ਨਾਵਲ ਦੀ ਸਹਾਇਕ ਪਾਤਰ ਹੈ ਉਹ ਮਹੀਸ਼ੀ ਲਈ ਕੁੜੀ ਵੇਖੜ ਖਾਤਰ ਵਿੱਚ ਔੜ ਲੈਣ ਰਾਜੋ ਦੇ ਨਾਲ ਰਿਕਸ਼ੇ ਵਿੱਚ ਬੈਠਦੀ ਹੈ ਦਾਜ ਦਾ ਲਾਲਚ ਉਸ ਨੂੰ ਦਾਜ ਦਾ ਲਾਲਚ ਹੈ ਅਤੇ ਵਿਛੋਲਣ ਨੂੰ ਪੁੱਛਦੀ ਹੈ ਕਿ ਕੁੜੀ ਵਾਲੇ ਦਾਜ ਵਿੱਚ ਕੀ ਕੁਝ ਦੇਣਗੇ ਅੰਦਰਲੇ ਦਰਦੀ ਮਾਰੀ ਹੋਈ ਉਸ ਨੂੰ ਇਸ ਗੱਲ ਦਾ ਡਰ ਹੈ ਕਿ ਪੜ੍ਹੀ ਲਿਖੀ ਕੁੜੀ ਉਸ ਦੇ ਮੁੰਡੇ ਤੇ ਹਾਵੀ ਨਾ ਹੋ ਜਾਵੇ ਕਿਉਂਕਿ ਉਸ ਦਾ ਮੁੰਡਾ 8ਵੀਂ ਫੇਲ ਹੈ ਆਪਣੇ ਮੁੰਡੇ ਦੀਆਂ ਅੱਖਾਂ ਦਾ ਨੁਕਸ ਲੁਕਾਉਣ ਵਾਲੀ ਉਹ ਨਹੀਂ ਚਾਹੁੰਦੀ ਸੀ ਕਿ ਕੁੜੀ ਵਾਲਿਆਂ ਨੂੰ ਮਹਿਸ਼ੀਦ ਦੀਆਂ ਅੱਖਾਂ ਦੇ ਨੁਕਸ ਬਾਰੇ ਪਤਾ ਚੱਲੇ ਇਸ ਕਰਕੇ ਉਹ ਵਿਚੋਲਣ ਲਾਜੋ ਨਾਲ ਮੁੰਡੇ ਨੂੰ ਤੁਪ ਦੀਆਂ ਕਾਪਾ ਕੇ ਮਿਲਣ ਜਾਣ ਦੀ ਸਲਾਹ ਬਣਾਉਂਦੀ ਹੈ ਅਗਲਾ ਪਾਤਰ ਚਿੱਤਰਨ ਲਾਜੋ ਜਾਣ ਪਛਾਣ ਉਹ ਇੱਕ ਹੋਰ ਨਵਾਂ ਸਾਲ ਨੋਵਲ ਦੀ ਸਹਾਇਕ ਪਾਤਰ ਹੈ ਉਹ ਵਿਛੋਲਣ ਦੇ ਤੌਰ ਤੇ ਮਹੀਸ਼ੀ ਦੀ ਮਾਂ ਨੂੰ ਕੁੜੀ ਵਿਖਾਉਣ ਲਈ ਰਿਕਸ਼ੇ ਵਿੱਚ ਬੈਠਦੀ ਹੈ ਸੱਚ ਲੁਕਾਉਂਦੀ ਸਲਾਬਾਣ ਹੋਣ ਵਾਲੀ ਜਦੋਂ ਉਸ ਨੂੰ ਮਹੀਸ਼ੀ ਦੇ ਅੱਖਾਂ ਦੇ ਨੁਕਸ ਬਾਰੇ ਪਤਾ ਲੱਗਦਾ ਤਾਂ ਉਸ ਦੀ ਮਾਂ ਨਾਲ ਐ ਸਲਾ ਬਣਾਉਂਦੀ ਹੈ ਕਿ ਮਹੀਸ਼ੀ ਨੂੰ ਧੁੱਪ ਦੀ ਹਨ ਕ ਪਵਾ ਕੇ ਕੁੜੀ ਵਾਲਿਆਂ ਨਾਲ ਮਿਲਵਾਇਆ ਜਾਵੇ ਜਿਸ ਨਾਲ ਕੁੜੀ ਵਾਲਿਆਂ ਨੂੰ ਅੱਖਾਂ ਦੇ ਨੁਕਸ ਦਾ ਪਤਾ ਨਾ ਚੱਲ ਪਾਵੇ ਅੰਧਵਿਸ਼ਵਾਸੀ ਉਹ ਸੰਤਾ ਸਾਧਾ ਦੀਆਂ ਪੁੜੀਆਂ ਅਤੇ ਸਵਾਦੀਆਂ ਟੁਟਕੀਆਂ ਵਿੱਚ ਵਿਸ਼ਵਾਸ ਰੱਖਦੀ ਹੈ ਉਸ ਨੂੰ ਇਹ ਚਾਅਦਾ ਹੈ ਕਿ ਕਿਰਾਏਦਾਰਨੀ ਦੇ ਘਰ ਸਾਦੀਆਂ ਪੂਰੀਆਂ ਖਾ ਕੇ ਹੀ ਮੁੰਡੇ ਉਪਰੋ ਥੱਲੀ ਹੋਏ ਹਨ